ਸਲੋਕ ਦਸ ਦਿਸ ਖੋਜਤ ਮੈਂ ਫਿਰਿਓ ਜਤ ਦੇਖੋ ਤਤ ਸੋਈ ਮਨ ਬਸ ਆਵੇ ਨਾਨਕਾ ਜੈ ਪੂਰਨ ਕਿਰਪਾ ਹੋਈ ਮੈਂ ਦਸੋ ਦਿਸ਼ਾਓ ਮੈਂ ਹੀ ਖੋਜ ਰਹਾ ਹੂੰ ਲੇਕਿਨ ਜਿਧਰ ਕਹੀਂ ਵੀ ਦੇਖਤਾ ਹੂੰ ਉਧਰ ਹੀ ਭਗਵਾਨ ਜੀ ਕੋ ਮੈਂ ਪਾਤਾ ਹੂੰ ਹੇ ਨਾਨਕ ਮਨੁਸ਼ਯ ਕਾ ਮਨ ਵਸ਼ ਮੈਂ ਤਭੀ ਆਤਾ ਹੈ ਯਦਿ ਪਰਮੇਸ਼ਵਰ ਉਸ ਪਰ ਪੂਰਨ ਕਿਰਪਾ ਕਰਤਾ ਹੈ। ਪੌੜੀ ਦਸਵੀਂ ਦਸ ਦੁਆਰ ਬਸ ਕੀਨੇ ਮਨ ਸੰਤੋਖ ਨਾਮ ਜਪ ਲੀਣੇ ਕਰਣੀ ਸੁਣੀਏ ਜਸ ਗੋਪਾਲ ਨੈਣੀ ਪੇਖਤ ਸਾਧ ਦਿਆਲ ਰਸਨਾ ਗੁਣ ਗਾਵੇ ਬੇਅੰਤ ਮਨ ਮਹ ਚਿਤ ਵੇ ਪੂਰਨ ਭਗਵੰਤ ਹਸਤ ਚਰਨ ਸੰਤ ਟਹਿਲ ਕਮਾਈਏ ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਏ। ਦਸਵੀਂ ਜੋ ਮਨੁਸ਼ਯ ਆਪਣੀ ਦਸੋ ਇੰਦਰੀਓ ਪਾਂਚ ਗਿਆਨ ਏਵਮ ਪਾਂਚ ਕਰਮ ਇੰਦਰੀਓ ਕੋ ਵਸ਼ ਮੈਂ ਕਰ ਲੇਤਾ ਹੈ ਪਰਮਾਤਮਾ ਜੀ ਕਾ ਨਾਮ ਜਪਨੇ ਸੇ ਉਸਕੇ ਮਨ ਮੈਂ ਸੰਤੋਸ਼ ਉਤਪੰਨ ਹੋ ਜਾਤਾ ਹੈ। ਆਪਣੇ ਕਾਨੋ ਸੇ ਗੋਪਾਲ ਜੀ ਕਾ ਯਸ਼ ਸੁਨੋ ਆਪਣੇ ਨੇਤਰੋ ਸੇ ਦਿਆਲੂ ਸੰਤੋ ਕੋ ਦੇਖੋ ਆਪਣੀ ਜੀਵਾਹ ਸੇ ਅਨੰਤ ਪਰਮਾਤਮਾ ਜੀ ਕੀ ਗੁਣ ਸਤੁਤੀ ਕਰੋ ਆਪਣੇ ਹਿਰਦੇ ਮੈਂ ਪੂਰਨ ਭਗਵਾਨ ਜੀ ਕਾ ਚਿੰਤਨ ਕਰੋ ਆਪਣੇ ਹਾਥੋਂ ਏਵਮ ਚਰਣੋ ਸੇ ਸਾਧੂਓ ਕੀ ਸੇਵਾ ਕਰੋ। ਹੇ ਨਾਨਕ ਯਹ ਜੀਵਨ ਆਚਰਣ ਈਸ਼ਵਰ ਕੀ ਕਿਰਪਾ ਸੇ ਹੀ ਪ੍ਰਾਪਤ ਹੋਤਾ ਹੈ। ਸਲੋਕ ਏਕੋ ਏਕ ਵਖਾਣੀਏ ਬਿਰਲਾ ਜਾਣੇ ਸਵਾਦ ਗੁਣ ਗੋਬਿੰਦ ਨਾ ਜਾਣੀਏ ਨਾਨਕ ਸਭ ਵਿਸਮਾਦ। ਕੇਵਲ ਏਕ ਈਸ਼ਵਰ ਕੀ ਮਹਿਮਾ ਕਾ ਹੀ ਵਖਾਨ ਕਰਨਾ ਚਾਹੀਏ ਐਸੇ ਸਵਾਦ ਕੋ ਕੋਈ ਬਿਰਲਾ ਪੁਰਸ਼ ਹੀ ਜਾਣਤਾ ਹੈ ਗੋਬਿੰਦ ਜੀ ਕੀ ਮਹਿਮਾ ਕੋ ਜਾਣਾ ਨਹੀਂ ਜਾ ਸਕਤਾ। ਹੇ ਨਾਨਕ ਵਹ ਤੋ ਬਹੁਤ ਅਦਭੁਤ ਰੂਪ ਹੈ। ਪੌੜੀ ਏਕਾਦਸੀ ਨਿਕਟ ਪੇਖ ਹਰ ਰਾਮ ਇੰਦਰੀ ਬਸ ਕਰ ਸੁਣੈ ਹਰ ਨਾਮ ਮਨ ਸੰਤੋਖ ਸਰਬ ਜੀਐ ਦਿਆ ਇਨ ਵਿਧ ਵਰਤ ਸੰਪੂਰਨ ਭਿਆ ਧਾਵਤ ਮਨ ਰਾਖੇ ਇਕ ਠਾਈ ਮਨ ਤਨ ਸੁਧ ਜਪਤ ਹਰ ਨਾਈ ਸਭ ਮਹਾਪੂਰ ਰਹੇ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਲ ਇਹ ਧਰਮ। ਏਕਾਦਸ਼ੀ ਪ੍ਰਭੂ ਪਰਮੇਸ਼ਵਰ ਕੋ ਸਦੈਵ ਨਿਕਟ ਦੇਖੋ ਆਪਣੀ ਇੰਦਰੀਓ ਕੋ ਵਸ਼ ਮੇ ਕਰਕੇ ਪ੍ਰਭੂ ਕਾ ਨਾਮ ਸੁਨੋ। ਜੋ ਵਿਅਕਤੀ ਆਪਣੇ ਮਨ ਮੈਂ ਸੰਤੋਸ਼ ਧਾਰਨ ਕਰਤਾ ਹੈ ਔਰ ਸਮਸਤ ਜੀਵੋ ਕੇ ਸਾਥ ਦਿਆ ਕਰਤਾ ਹੈ ਇਸ ਵਿਧੀ ਸੇ ਉਸਕਾ ਵਰਤ ਸਫਲ ਹੋ ਜਾਤਾ ਹੈ। ਐਸਾ ਕਰਕੇ ਵਹ ਆਪਣੇ ਭਾਗਤੇ ਹੋਏ ਮਨ ਕੋ ਸਥਿਰ ਕਰਕੇ ਰੱਖਤਾ ਹੈ ਭਗਵਾਨ ਜੀ ਕੇ ਨਾਮ ਕਾ ਜਾਪ ਕਰਨੇ ਸੇ ਮਨ ਏਵਮ ਸ਼ਰੀਰ ਸ਼ੁੱਧ ਹੋ ਜਾਤੇ ਹੈ। ਭਗਵਾਨ ਜੀ ਦੁਨੀਆਂ ਮੈਂ ਹਰ ਜਗ੍ਹਾ ਮੌਜੂਦ ਹੈ ਇਸ ਲਈ ਹੈ ਨਾਨਕ ਭਗਵਾਨ ਜੀ ਕਾ ਕੀਰਤਨ ਹਰਦਮ ਕਰਤੇ ਰਹੋ ਕਿਉਂਕਿ ਯਹੀ ਏਕ ਅਟਲ ਧਰਮ ਹੈ। ਸਲੋਕ ਦੁਰਮਤ ਹਰੀ ਸੇਵਾ ਕਰੀ ਭੇਠੇ ਸਾਧ ਕਿਰਪਾਲ ਨਾਨਕ ਪ੍ਰਭ ਸਿਉ ਮਿਲ ਰਹੇ ਬਿਣ ਸੇ ਸਗਲ ਜੰਜਾਲ ਕਿਰਪਾ ਕੇ ਘਰ ਸੰਤੋ ਕੋ ਮਿਲਨੇ ਏਵਮ ਉਨਕੀ ਸੇਵਾ ਕਰਨੇ ਸੇ ਦੁਰਮਤੀ ਮਿਟ ਜਾਤੀ ਹੈ। ਹੇ ਨਾਨਕ ਜੋ ਲੋਕ ਪ੍ਰਭੂ ਕੇ ਸਾਥ ਮਿਲੇ ਰਹਤੇ ਹੈ ਉਨਕੇ ਹਰ ਪ੍ਰਕਾਰ ਕੇ ਬੰਧਨ ਨਾਸ਼ ਹੋ ਜਾਤੇ ਹੈ। ਪੌੜੀ ਦੁਆਦਸੀ ਦਾਨ ਨਾਮ ਇਸਨਾਨ ਹਰ ਕੀ ਭਕਤ ਕਰਹਿ ਤਜ ਮਾਨ ਹਰ ਅੰਮ੍ਰਿਤ ਪਾਨ ਕਰਹਿ ਸਾਧ ਸੰਗ ਮਨ ਤ੍ਰਿਪਤਾ ਸੇ ਕੀਰਤਨ ਪ੍ਰਭ ਰੰਗ ਕੋਮਲ ਵਾਣੀ ਸਭ ਕਉ ਸੰਤੋਖੇ ਪੰਚ ਭੂ ਆਤਮਾ ਹਰ ਨਾਮ ਰਸ ਪੋਖੇ ਗੁਰਪੂਰੇ ਤੇ ਇਹ ਨਿਸ਼ਚਉ ਪਾਈਏ ਨਾਨਕ ਰਾਮ ਰਮਤ ਫਿਰ ਜੋਨ ਨਾ ਆਈਏ। ਦੁਆਦਸ਼ੀ ਦਾਨ ਪੁੰਨਿਆ ਕਰੋ ਈਸ਼ਵਰ ਕਾ ਨਾਮ ਸਿਮਰਨ ਕਰੋ ਔਰ ਜੀਵਨ ਪਵਿੱਤਰ ਰੱਖੋ ਆਪਣਾ ਅਭਿਮਾਨ ਤਿਆਗ ਕਰ ਭਗਵਾਨ ਜੀ ਕੀ ਭਗਤੀ ਕਰਤੇ ਰਹੋ ਸੰਤੋ ਕੀ ਸੰਗਤੀ ਮੈਂ ਸ਼ਾਮਿਲ ਹੋ ਕਰ ਹਰੀ ਨਾਮ ਰੂਪੀ ਅੰਮ੍ਰਿਤ ਕਾ ਪਾਨ ਕਰੋ ਪ੍ਰੇਮ ਪੂਰਵਕ ਪ੍ਰਭੂ ਕਾ ਕੀਰਤਨ ਕਰਨੇ ਸੇ ਮਨ ਤ੍ਰਿਪਤ ਹੋ ਜਾਤਾ ਹੈ ਮਧੁਰ ਵਾਣੀ ਹਰ ਕਿਸੀ ਕੋ ਸੰਤੋਸ਼ ਪ੍ਰਦਾਨ ਕਰਤੀ ਹੈ ਪੰਚ ਭੂਤਕ ਆਤਮਾ ਹਰੀ ਨਾਮ ਰੂਪੀ ਰਸ ਸੇ ਆਨੰਦਿਤ ਹੋ ਜਾਤੀ ਹੈ
पूर्ण गुरु द्वारा यह निश्चय ही मिल जाता है। हे नानक, राम का नाम सिमरण करने से जीव फिर से योनियों में नहीं आता। सलोक तीन गुणा मह व्याप्या पूर्ण होत न काम, पतित उदाहरण मन बसे नानक छूटे नाम। दुनिया माया के तीन गुणों के दबाव में फंसी रहती है, इसलिए उसके कार्य पूर्ण नहीं होते। हे नानक, वही प्राणी मोक्ष प्राप्त करता है जिसके हृदय में पतितों का उद्धार करने वाला ईश्वर का नाम बस जाता है। पौड़ी त्रयोदशी तीन ताप संसार, आवत जात नरक अवतार। हर हर भजन न मन मह आयो, सुख सागर प्रभ निमख न गायो। हर्ख सोग का देह कर बांध्यो, दीर्घ रोग माया असाध्यो। दिन है विकार करत श्रम पायो, नैनी नींद सुपन बरड़ायो। हर बिसरत होवत एहाल, शरण नानक प्रभ पुरख दयाल। त्रयोदशी यह संसार तीन गुणों के ताप से दुखी पड़ा हुआ है, जिससे यह जन्म मरण के चक्कर में पड़कर नरक में जाता है। प्रभु परमेश्वर जी का भजन इसके मन में प्रवेश नहीं करता। सुखों के सागर प्रभु की महिमा मनुष्य एक क्षण भर के लिए भी नहीं करता। हर्ष एवं शोक का यह शरीर पुतला है, इसे माया का दीर्घ एवं असाध्य रोग लगा हुआ है। वह दिन रात विकारों का कार्य करता है और हार थक जाता है। आंखों में नींद से वह स्वप्न में भी बातें करता है। भगवान जी को भुलाकर उसकी यह दशा हो जाती है। नानक ने दया के घर प्रभु की शरण ली है। सलोक चार कुंट चौदह भवन, सगल व्यापत राम। नानक उन ना देखिए पूर्णता के काम। परमात्मा जी चारों दिशाओं एवं चौदह लोकों में हर जगह पर मौजूद हैं। हे नानक, उस ईश्वर के भंडारों में कोई कमी नहीं देखी जाती। प्रभु द्वारा किए तमाम कार्य सफल होते हैं। पौड़ी चौदह चार कुंट प्रभ आप, सगल भवन पूर्ण प्रताप। दसे दिशा रव्या प्रभ एक, धरण आकाश सब मह प्रभ पेख। जल थल बन पर्वत पताल, परमेश्वर तह बसह दयाल। सुखम अस्थूल सगल भगवान, नानक गुरमुख ब्रह्म पछाण। चौदश चारों दिशाओं में ईश्वर स्वयं ही बस रहा है। सभी लोकों में उसका तेज प्रताप चमक रहा है। दसों दिशाओं में एक प्रभु ही व्यापक है। धरती एवं आकाश हर स्थान पर ईश्वर को देखो। जल धरती वन पहाड़ एवं पताल, इन सब में दयालु परमेश्वर बस रहा है। गोचर एवं अगोचर समूचे जगत में भगवान मौजूद है। हे नानक, गुरमुख ईश्वर को पहचान लेता है। सलोक आत्म जीता गुरमति, गुण गाय गोविंद। संत प्रसादी भय मिटे, नानक बिनसी चिंद। गुरु के उपदेश द्वारा गोविंद की गुण स्तुति करने से आत्मा को जीता जा सकता है। हे नानक, संतों की कृपा से भय मिट जाता है और संशय निर्वृत हो जाता है। पौड़ी अमावस आत्म सुखी भय, संतोख दिया गुरुदेव। मन तन शीतल शांत सहज, लागा प्रभ की सेव। टूटे बंधन वह विकार, सफल पूर्णता के काम। दुर्मत मिटी हौमे छुट्टी, सिमरत हर को नाम। शरण गही पार ब्रह्म की, मिटिया आवागमन। आप तरया कुटुंब सिउ गुण, गोविंद प्रभ रवण। हर की टहल कमावणी, जपिए प्रभ का नाम। गुर पूरे ते पाया, नानक सुख विश्राम। अमावस्या जिस व्यक्ति को गुरुदेव ने संतोष प्रदान किया है, उसकी आत्मा सुखी हो गई है। गुरु की कृपा से वह ईश्वर की भक्ति में लग गया है।
जिससे उसका मन तन शीतल हो गया, उसके भीतर शांति एवं सहज सुख उत्पन्न हो गया। जो मनुष्य प्रभु का नाम स्मरण करते हैं, उनके विकारों के बंधन और अनेक पाप नाश हो जाते हैं, उसके तमाम कार्य सफल एवं संपूर्ण हो जाते हैं, उनकी दुर्बुद्धि नाश हो जाती है और उनका अहंकार निर्वृत हो जाता है। पार ब्रह्म की शरण लेने से मनुष्य का जन्म मरण का चक्कर मिट जाता है। गोविंद प्रभु की महिमा स्तुति के कारण वह अपने कुटुंब सहित भव सागर से पार हो जाता है। हे जीव, ईश्वर की भक्ति ही करनी चाहिए और भगवान जी के नाम का जाप करना चाहिए। हे नानक, सर्व सुखों का मूल वह परमात्मा पूर्ण गुरु के द्वारा मिलता है।